ਬੋਡੀ ਵੇਟ ਵਧਿਆ ਹੋਇਆ, ਤੁਹਾਡਾ ਬੋਡੀ ਵੇਟ ਫਿਰ ਘਟਣਾ ਵੀ ਨਹੀਂ ਹੈਗਾ। ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੂਸ ਨੂੰ ਅਵਾਇਡ ਕਰੋ ਜੀ। ਸੋ ਇਸ ਕਰਕੇ ਜਦੋਂ ਵੀ ਖਾਣਾ ਖਾਣਾ ਵਾ ਤਾਂ ਉਹਨੂੰ ਜ਼ਿਆਦਾ 90 ਤੋਂ ਲੈ ਕੇ 95% ਲੋਕ ਗਲਤੀ ਕਰਦੇ ਨੇ, ਉਹ ਦਿਨ ਦੇ ਵਿੱਚ ਬੋਡੀ ਵੇਟ ਘਟਣ ਦੀ ਦੂਰ ਦੀ ਗੱਲ, ਸਗੋਂ ਸਾਡਾ ਬੋਡੀ ਵੇਟ ਜਿਹੜਾ ਉਹ ਵੱਧ ਹੀ ਗਿਆ ਵਾ। ਤੁਸੀਂ ਆਪਣੇ ਵਾਸਤੇ 24 ਘੰਟੇ ਦੇ ਵਿੱਚ ਤੁਸੀਂ 1 ਘੰਟਾ ਆਪਣੇ ਲਈ ਕੱਢਣਾ ਹੀ ਕੱਢਣਾ ਵਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ। ਸੋ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 10 ਇਹੋ ਜਿਹੇ ਟਿਪਸ ਦੱਸਾਂਗਾ, ਅਗਰ ਤੁਸੀਂ ਉਹ 10 ਟਿਪਸ ਤੁਸੀਂ ਫੋਲੋ ਕਰ ਲੈਂਦੇ ਹੋ ਨਾ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਬਹੁਤ ਛੇਤੀ ਘਟਣਾ ਸ਼ੁਰੂ ਹੋ ਜਾਏਗਾ, ਬਹੁਤ ਤੇਜ਼ੀ ਨਾਲ ਤੁਹਾਡਾ ਜਿਹੜਾ ਬੋਡੀ ਵੇਟ ਆ ਉਹ ਘਟਣਾ ਸ਼ੁਰੂ ਹੋ ਜਾਏਗਾ। ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਮੈਨੂੰ ਮੈਸੇਜ ਕਰਦੇ ਨੇ, ਵੀਡੀਓ ਦੇ ਥੱਲੇ ਕਮੈਂਟ ਵੀ ਕਰਦੇ ਨੇ, ਉਹ ਕਹਿੰਦੇ ਵੀਰ ਜੀ ਅਸੀਂ ਵਰਕਆਊਟ ਵੀ ਕਰ ਲਿਆ, ਅਸੀਂ ਡਾਇਟ ਵੀ ਕਰਕੇ ਦੇਖ ਲਈ, ਜਿਹੜਾ ਸਾਡਾ ਬੋਡੀ ਵੇਟ ਆ ਉਹ ਨਹੀਂ ਘਟਦਾ ਪਿਆ, ਸਾਡਾ ਬੋਡੀ ਵੇਟ ਉੱਥੇ ਹੀ ਖੜਿਆ ਵਾ। ਬੋਡੀ ਵੇਟ ਘਟਣ ਦੀ ਦੂਰ ਦੀ ਗੱਲ, ਸਗੋਂ ਸਾਡਾ ਬੋਡੀ ਵੇਟ ਜਿਹੜਾ ਉਹ ਵੱਧ ਹੀ ਗਿਆ ਵਾ। ਦੇਖੋ, ਜੇ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਨਾ ਤਾਂ ਜਿਹੜੇ ਮੈਂ ਤੁਹਾਨੂੰ 10 ਟਿਪਸ ਦੱਸਾਂਗਾ ਤੁਸੀਂ ਉਹ ਫੋਲੋ ਕਰ ਲਓ, ਤੁਹਾਡਾ ਬੋਡੀ ਵੇਟ ਜਿਹੜਾ ਦੇਖੋ 1 ਮਹੀਨੇ ਬਾਅਦ ਹੀ ਘਟਣਾ ਸ਼ੁਰੂ ਹੋ ਜਾਏਗਾ। ਤੁਸੀਂ 1 ਮਹੀਨੇ ਬਾਅਦ ਯਾਨੀ ਕਿ 30 ਦਿਨ ਬਾਅਦ ਤੁਸੀਂ ਫਰਕ ਦੇਖਣਾ ਤੁਹਾਡੀ ਬੋਡੀ ਦੇ ਵਿੱਚ ਕਿੰਨਾ ਫਰਕ ਲੱਗੇਗਾ, ਸਿਰਫ 30 ਦਿਨ ਦਾ ਚੈਲੰਜ ਮੰਨ ਕੇ ਚੱਲੋ ਤੁਸੀਂ, ਹੈ ਨਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ, ਅਤੇ 1 ਕਾਪੀ ਦੇ ਪੈੱਨ ਲੈ ਲਓ ਜੀ। ਜੋ ਵੀ ਮੈਂ ਤੁਹਾਨੂੰ 10 ਟਿਪਸ ਦੱਸਾਂਗਾ ਤੁਸੀਂ ਉਹ 10 ਦੇ 10 ਟਿਪਸ ਤੁਸੀਂ ਕਾਪੀ ਦੇ ਉੱਤੇ ਲਿਖੀ ਜਾਇਓ ਜੀ। ਸੋ ਉਹ ਪਹਿਲਾ ਕਿਹੜਾ ਟਿਪਸ ਆ ਜੀ, ਪਹਿਲਾ ਟਿਪਸ ਹੈਗਾ ਜੀ ਵੀ ਤੁਸੀਂ ਨਾ ਫਰੂਟ ਜ਼ਿਆਦਾ ਖਾਣੇ ਆ। ਅਸੀਂ ਲੋਕ ਪਤਾ ਕੀ ਕਰਦੇ ਹਾਂ, 70 ਤੋਂ 80% ਲੋਕ ਇਹੋ ਜਿਹੇ ਦੇਖੇ ਨੇ ਮੈਂ ਜਿਹੜੇ ਫਰੂਟ ਨੂੰ ਖਾਣਾ ਵਧੀਆ ਨਹੀਂ ਸਮਝਦੇ ਹੈਗੇ, ਉਹ ਜੂਸ ਪੀਣਾ ਜ਼ਿਆਦਾ ਪਸੰਦ ਕਰਦੇ ਆ। ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੂਸ ਨੂੰ ਅਵਾਇਡ ਕਰੋ ਜਿੰਨਾ ਜੂਸ ਕਰ ਅਵਾਇਡ ਕਰ ਸਕਦੇ ਹੋ। ਜੂਸ ਤੁਸੀਂ ਪੀਣਾ ਨਹੀਂ ਹੈਗਾ, ਫਰੂਟ ਖਾਓ ਜੂਸਾਂ ਦੀ ਥਾਂ ਤੇ। ਦੇਖੋ, ਫਰੂਟ ਖਾਣ ਦਾ ਕੀ ਫਾਇਦਾ ਵਾ, ਫਰੂਟ ਖਾਣ ਦਾ ਫਾਇਦਾ ਹੀ ਫਾਇਦਾ ਵਾ। ਦੇਖੋ, ਇੱਕ ਤਾਂ ਫਰੂਟ ਖਾਣ ਦੇ ਵਿੱਚ ਤੁਹਾਡਾ ਜਦੋਂ ਤੁਸੀਂ ਫਰੂਟ ਖਾਓਗੇ ਨਾ ਉਹਨੂੰ ਚਬਾ ਚਬਾ ਕੇ ਤੁਸੀਂ ਖਾਓਗੇ, ਜਦੋਂ ਤੁਸੀਂ ਫਰੂਟ ਨੂੰ ਚਬਾ ਚਬਾ ਕੇ ਖਾਓਗੇ ਜਿਹੜੀ ਤੁਹਾਡੇ ਮੂੰਹ ਦੇ ਅੰਦਰ ਲਾਰ ਬਣਦੀ ਹੈ ਨਾ ਉਹ ਲਾਰ ਤੁਹਾਡੇ ਖਾਣ ਦੇ ਵਿੱਚ ਮਿਕਸ ਹੋ ਕੇ ਤੁਹਾਡੀ ਸਰੀਰ ਦੇ ਵਿੱਚ ਜਾਏਗੀ। ਜਦੋਂ ਉਹ ਲਾਰ ਤੁਹਾਡੇ ਸਰੀਰ ਦੇ ਵਿੱਚ ਜਾਏਗੀ, ਇੱਕ ਤਾਂ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋਊਗਾ, ਅਤੇ ਉਸ ਤੋਂ ਬਾਅਦ ਮੈਟਾਬੋਲਿਜ਼ਮ ਫਾਸਟ ਤਾਂ ਹੋਣਾ ਹੀ ਹੋਣਾ ਵਾ, ਅਤੇ ਉਸ ਤੋਂ ਬਾਅਦ ਜਿਹੜੀ ਹੈ ਤੁਹਾਨੂੰ ਕੋਈ ਬਿਮਾਰੀ ਲੱਗੀ ਹੋਈ ਆ ਅੰਦਰ ਉਹ ਵੀ ਆਟੋਮੈਟਿਕ ਹੀ ਠੀਕ ਹੋ ਜਾਣੀ ਹੈ, ਜਿਹਦੇ ਨਾਲ ਤੁਹਾਡਾ ਭਾਰ ਆ ਜਿਹੜਾ ਘਟਣਾ ਬਹੁਤ ਛੇਤੀ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਹਮੇਸ਼ਾ ਜਦੋਂ ਵੀ ਤੁਸੀਂ ਕੋਈ ਜੂਸ ਪੀਣ ਨੂੰ ਦਿਲ ਕਰੇ ਜੂਸ ਨੂੰ ਅਵਾਇਡ ਕਰੋ, ਉਹਨੂੰ ਤੁਸੀਂ ਫਰੂਟ ਖਾਣ ਦੀ ਆਦਤ ਪਾਓ। ਫਰੂਟ ਖਾਣਾ ਵਾ ਕੋਈ ਜਿਵੇਂ ਮਸੰਮੀ ਹੋ ਗਈ, ਸੇਬ ਹੋ ਗਿਆ, ਅਤੇ ਬਨਾਨਾ ਹੋ ਗਿਆ, ਕੇਲਾ ਹੋ ਗਿਆ, ਕੋਈ ਵੀ ਫਰੂਟ ਖਾਣਾ ਤੁਸੀਂ, ਹੈ ਨਾ, ਅਤੇ ਉਹਨੂੰ ਫਰੂਟ ਨੂੰ ਹਮੇਸ਼ਾ ਹੌਲੀ ਹੌਲੀ ਖਾਣਾ, ਚਬਾ ਕੇ ਖਾਣਾ ਵਾ। ਜਦੋਂ ਤੁਸੀਂ ਜੂਸ ਪੀਂਦੇ ਹੋ ਜੂਸ ਨਾਲ ਕੀ ਹੈ ਕਿ ਦੇਖੋ ਜੂਸ ਦੇ ਵਿੱਚ ਸ਼ੂਗਰ ਵੀ ਪੈਂਦੀ ਆ, ਮਿੱਠਾ ਵੀ ਪਾ ਦਿੰਦੇ ਆ, ਠੀਕ ਹੈ ਜੀ, ਤੁਸੀਂ ਘਰੇ ਵੀ ਪਾ ਲੈਂਦੇ ਹੋਵੋਗੇ। ਨੰਬਰ 2 ਦੇ ਉੱਤੇ ਤੁਸੀਂ ਉਹਦੇ ਵਿੱਚ ਬਰਫ਼ ਵੀ ਪਾ ਲੈਂਦੇ ਹੋ, ਕਿਉਂਕਿ ਜਿਹੜਾ ਜੂਸ ਆ ਉਹ ਗਰਮ ਤਾਂ ਸਵਾਦ ਲੱਗਦਾ ਨਹੀਂ ਹੈਗਾ, ਜੂਸ ਸਾਨੂੰ ਠੰਡਾ ਸਵਾਦ ਲੱਗੇਗਾ। ਸੋ ਅਸੀਂ ਉਹਦੇ ਵਿੱਚ ਬਰਫ਼ ਵੀ ਪਾ ਦਿੰਦੇ ਹਾਂ ਜਿਹਦੇ ਬਰਫ਼ ਦਾ ਸਾਨੂੰ ਨੁਕਸਾਨ ਆ, ਅਤੇ ਅਸੀਂ ਉਹਦੇ ਵਿੱਚ ਖੰਡ ਵੀ ਐਡ ਕਰ ਲੈਂਦੇ ਹਾਂ। ਸੋ ਜਦੋਂ ਤੁਸੀਂ ਫਰੂਟ ਖਾਓਗੇ ਨਾ ਤਾਂ ਉਹਦੇ ਵਿੱਚ ਬਰਫ਼ ਪਏਗੀ, ਨਾ ਤੁਸੀਂ ਉਹਨੂੰ ਠੰਡਾ ਕਰੋਗੇ, ਤੁਸੀਂ ਉਹਨੂੰ ਇੱਦਾਂ ਹੀ ਖਾ ਲਓਗੇ ਅਤੇ ਵਧੀਆ ਲੱਗੇਗਾ, ਉਹ ਮਿੱਠਾ ਵੀ ਉਹਦੇ ਵਿੱਚ ਹੋਏਗਾ, ਅਤੇ ਉਹ ਜਿਹੜਾ ਨੋਰਮਲੀ ਟੈਂਪਰੇਚਰ ਹੁੰਦਾ ਵਾ ਉਹਦੇ ਵਿੱਚ ਉਹ ਰਹੇਗਾ ਤਾਂ ਠੀਕ ਰਹੇਗਾ, ਅਤੇ ਤੁਸੀਂ ਫਰੂਟ ਖਾਣ ਦੀ ਆਦਤ ਪਾਓ ਅਤੇ ਤੁਸੀਂ ਜੂਸ ਨਹੀਂ ਪੀਣਾ ਹੈਗਾ। ਨੰਬਰ 2 ਤੇ ਆਪਾਂ ਗੱਲ ਕਰਦੇ ਹਾਂ, ਜਦੋਂ ਵੀ ਤੁਸੀਂ ਕੁਛ ਖਾਣਾ ਵਾ, ਚਾਹੇ ਤੁਸੀਂ ਬ੍ਰੇਕਫਾਸਟ ਕਰਨਾ, ਲੰਚ ਕਰਨਾ, ਡਿਨਰ ਕਰਨਾ, ਜਾਂ ਫਿਰ ਤੁਸੀਂ ਫਰੂਟ ਖਾਣਾ, ਤਾਂ ਤੁਸੀਂ ਉਹਨੂੰ ਹਮੇਸ਼ਾ ਚਬਾ ਚਬਾ ਕੇ ਖਾਣਾ ਵਾ, ਕਿਉਂਕਿ 90% ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਮੋਟਾਪਾ ਨਾ ਉਹਨਾਂ ਦੀ ਮੇਨ ਸਮੱਸਿਆ ਇਹੀ ਆ। ਜਦੋਂ ਉਹ ਕੋਈ ਵੀ ਫੂਡ ਖਾਂਦੇ ਆ ਨਾ, ਫਰੂਟ ਖਾਂਦੇ ਆ ਜਾਂ ਬ੍ਰੇਕਫਾਸਟ ਕਰਦੇ ਆ, ਉਹ ਨਾ ਚਬਾ ਕੇ ਨਹੀਂ ਖਾਂਦੇ ਗੇ, ਉਹ ਬਹੁਤ ਤੇਜ਼ੀ ਤੇਜ਼ੀ ਨਾਲ ਖਾਂਦੇ ਆ,
ਹਨਾ, ਇੱਕ ਜਿਹਦੇ ਨਾਲ ਕੀ ਹੈ ਕਿ ਇੱਕ ਤਾਂ ਉਹਨਾਂ ਦਾ ਢਿੱਡ ਛੇਤੀ ਨਹੀਂ ਭਰਦਾ ਹੈਗਾ, ਕਿਉਂ ਨਹੀਂ ਭਰਦਾ ਹੈਗਾ, ਕਿਉਂਕਿ ਉਹ ਛੇਤੀ ਛੇਤੀ ਖਾ ਜਾਂਦੇ ਆ, ਜਿੰਨੀ ਦੇਰ ਤੱਕ ਤੁਸੀਂ ਚਬਾ ਚਬਾ ਕੇ ਨਹੀਂ ਖਾਓਗੇ ਉਹਨੂੰ ਹਨਾ, ਉਦਾਂ ਜੇ ਦੇਖੀਏ ਆਯੁਰਵੇਦਿਕ ਦੇ ਹਿਸਾਬ ਨਾਲ, ਸਾਇੰਸ ਦੇ ਹਿਸਾਬ ਨਾਲ ਦੇਖੀਏ, ਉਹ ਕਹਿੰਦੇ ਵੀ ਜਦੋਂ ਤੁਸੀਂ ਇੱਕ ਬੁਰਕੀ ਮੂੰਹ ਦੇ ਵਿੱਚ ਪਾ ਲੈਂਦੇ ਹੋ ਨਾ, ਤਾਂ ਤੁਸੀਂ ਉਹਨੂੰ ਘੱਟੋ ਘੱਟ 30 ਤੋਂ ਲੈ ਕੇ 35 ਵਾਰ ਉਹਨੂੰ ਚਬਾਓ, ਇੱਦਾਂ ਹੌਲੇ ਹੌਲੇ ਮੂੰਹ ਨਾਲ ਚਬਾਓ 30 ਤੋਂ 35 ਵਾਰ। ਤੁਸੀਂ ਕੀ ਕਰਦੇ ਹੋ, ਤੁਸੀਂ 5 ਤੋਂ 7 ਵਾਰ ਵੀ ਨਹੀਂ ਚਬਾਉਂਦੇ ਹੋਊਗੇ, ਮੈਨੂੰ ਲੱਗਦਾ 5 ਤੋਂ 7 ਵਾਰ ਵੀ ਨਹੀਂ ਚਬਾਉਂਦੇ ਹੋਊਗੇ, ਤੁਸੀਂ 3-4 ਵਾਰੀ ਗੱਚੇ ਮਾਰਦੇ ਹੋ, ਚਲੋ ਅੰਦਰ ਸਮਾਨ ਹਨਾ। ਸੋ ਇਸ ਕਰਕੇ ਜਦੋਂ ਵੀ ਕੋਈ ਚੀਜ਼ ਖਾਣੀ ਆ ਤਾਂ ਚਬਾ ਕੇ ਖਾਣੀ ਆ, ਜਦੋਂ ਤੱਕ ਤੁਸੀਂ ਚਬਾ ਕੇ ਨਹੀਂ ਖਾਓਗੇ ਤੁਹਾਡਾ ਮੋਟਾਪਾ ਨਹੀਂ ਘਟੇਗਾ, ਕਿਉਂਕਿ ਚਬਾਉਣ ਦੇ ਵਿੱਚ ਇਹ ਬੈਨੀਫਿਟ ਆ, ਜਦੋਂ ਕੋਈ ਤੁਸੀਂ ਚੀਜ਼ ਨੂੰ ਖਾਓਗੇ ਚਬਾ ਕੇ ਤਾਂ ਜਿਹੜੀ ਤੁਹਾਡੇ ਮੂੰਹ ਦੇ ਅੰਦਰ ਲਾਰ ਹੁੰਦੀ ਆ ਉਹ ਖਾਣ ਦੇ ਵਿੱਚ ਮਿਕਸ ਹੋ ਜਾਂਦੀ ਆ, ਉਹ ਲਾਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਸੋ ਇਸ ਕਰਕੇ ਜਦੋਂ ਵੀ ਖਾਣਾ ਖਾਣਾ ਵਾ ਤਾਂ ਉਹਨੂੰ ਚਬਾ ਚਬਾ ਕੇ ਹੌਲੀ ਹੌਲੀ ਆਰਾਮ ਨਾਲ ਖਾਣਾ ਜੀ, ਠੀਕ ਹੈ। ਨੰਬਰ 2 ਤਾਂ ਇਹ ਸੀਗਾ, ਨੰਬਰ 3 ਤੇ ਸੀਗਾ, ਮੇਰੇ ਭੈਣ ਭਰਾ ਬਹੁਤ ਜ਼ਿਆਦਾ ਮੈਨੂੰ ਮੈਸੇਜ ਕਰਦੇ ਨੇ, ਕਹਿੰਦੇ ਵੀਰ ਜੀ ਸਾਨੂੰ ਨਾ ਦੁੱਧ ਪੀਣ ਦੀ ਆਦਤ ਆ, ਅਸੀਂ ਦੁੱਧ ਪੀਣ ਦੀ ਆਦਤ ਨਹੀਂ ਛੱਡ ਸਕਦੇ, ਕਿ ਅਸੀਂ ਦੁੱਧ ਪੀਣਾ ਸ਼ੁਰੂ ਕਰ ਦਈਏ ਵੀ ਸਾਡਾ ਵੇਟ ਨਾ ਵਧੇ। ਹਾਂ, ਦੁੱਧ ਤੁਸੀਂ ਪੀ ਸਕਦੇ, ਜਦੋਂ ਵੀ ਤੁਸੀਂ ਦੁੱਧ ਪੀਣਾ ਵਾ ਤੁਸੀਂ ਲੋਅ ਫੈਟ ਮਿਲਕ ਦੁੱਧ ਪੀਣਾ ਵਾ ਹਨਾ, ਜਿਵੇਂ ਮੰਨ ਕੇ ਚਲੋ ਜੇ ਪੈਕਟ ਵਾਲਾ ਤੁਸੀਂ ਦੁੱਧ ਲੈਂਦੇ ਹੋ, ਇੱਕ ਜਿਵੇਂ ਹਰਿਆ ਪੈਕਟ ਆਉਂਦਾ ਵਾ, ਇੱਕ ਹਨਾ ਰੈੱਡ ਪੈ ਆਉਂਦਾ ਵਾ, ਉਹਦੇ ਵਿੱਚ ਫੈਟ ਬਹੁਤ ਜ਼ਿਆਦਾ ਹੁੰਦੀ ਆ, ਤੁਸੀਂ ਕੀ ਕਰਨਾ, ਇੱਕ ਵੇਰਕਾ ਦਾ ਪੀਲਾ ਪੈਕਟ ਹੁੰਦਾ ਦੁੱਧ ਦਾ, ਵੇਰਕਾ ਦਾ ਪੀਲਾ ਪੈਕਟ ਆਉਂਦਾ, ਉਹ ਬਹੁਤ ਲੋਅ ਫੈਟ ਦੁੱਧ ਹੁੰਦਾ ਵਾ, ਜਾਂ ਤਾਂ ਤੁਸੀਂ ਰਾਤ ਨੂੰ ਸੌਣ ਲੱਗੇ ਉਹ ਪੀ ਸਕਦੇ ਹੋ, ਜਾਂ ਫਿਰ ਤੁਸੀਂ ਮਤਲਬ ਵੀ ਕਿਸੇ ਦੇ ਘਰੋਂ ਜਿੱਥੋਂ ਲੈਂਦੇ ਹੋ ਨਾ ਉਹ ਤੋਂ ਲੋਅ ਫੈਟ ਵਾਲਾ ਮਿਲਕ ਲਓ ਡੇਅਰੀ ਤੋਂ, ਤੁਸੀਂ ਉਹਨੂੰ ਪੀਣਾ ਸ਼ੁਰੂ ਕਰੋ, ਠੀਕ ਹੈ ਜੀ। ਅਤੇ ਉਹਦੇ ਵਿੱਚ ਤੁਸੀਂ ਇੱਕ ਚੀਜ਼ ਰੱਖਣੀ, ਉਹਦੇ ਵਿੱਚ ਸ਼ੂਗਰ ਨਹੀਂ ਐਡ ਕਰਨੀ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਿੱਠਾ ਐਡ ਨਹੀਂ ਕਰਨਾ ਹੈਗਾ, ਜੇ ਤੁਸੀਂ ਮਿੱਠਾ ਐਡ ਕਰੋਗੇ ਤਾਂ ਤੁਹਾਡਾ ਮੋਟਾਪਾ ਨਹੀਂ ਘਟੇਗਾ, ਜੇ ਤੁਸੀਂ ਬਿਨਾਂ ਮਿੱਠੇ ਤੋਂ ਪੀਓਗੇ ਤਾਂ ਉਹ ਤੁਹਾਡਾ ਭਾਰ ਘਟਾਏਗਾ, ਠੀਕ ਹੈ। ਪਰ ਪੀਣਾ ਲੋਅ ਫੈਟ ਮਿਲਕ ਆ, ਦੂਜਾ ਨਹੀਂ ਪੀਣਾ ਹੈਗਾ। ਨੰਬਰ 4 ਤੇ ਆਪਾਂ ਗੱਲ ਕਰਦੇ ਹਾਂ, ਪਾਣੀ ਦਿਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੀਓ। ਸਭ ਤੋਂ ਵੱਧ ਗਲਤੀ ਅਸੀਂ ਕਿੱਥੇ ਕਰਦੇ ਹਾਂ, ਸਭ ਤੋਂ ਵੱਧ ਅਸੀਂ ਗਲਤੀ ਕਰਦੇ ਹਾਂ, ਜ਼ਿਆਦਾ 90% ਤੋਂ ਲੈ ਕੇ 95% ਲੋਕ ਗਲਤੀ ਕਰਦੇ ਨੇ, ਉਹ ਦਿਨ ਦੇ ਵਿੱਚ ਪਾਣੀ ਪਤਾ ਕਿੰਨੇ ਪੀਂਦੇ ਨੇ, 1 ਲੀਟਰ ਤੋਂ ਲੈ ਕੇ 2 ਲੀਟਰ ਮਸਾ ਪਾਣੀ ਪੀਂਦੇ ਨੇ। ਤੁਸੀਂ ਕੀ ਕਰਨਾ ਵਾ, 1 ਤੋਂ 2 ਲੀਟਰ ਪਾਣੀ ਨਹੀਂ ਪੀਣਾ, ਤੁਸੀਂ ਘੱਟੋ ਘੱਟ 1 ਦਿਨ ਦੇ ਵਿੱਚ 4 ਤੋਂ ਲੈ ਕੇ 5 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ। ਤੁਸੀਂ ਜਦੋਂ ਵੀ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ, ਘੱਟੋ ਘੱਟ 1/2 ਲੀਟਰ, ਠੀਕ ਹੈ। ਉਹਦੇ ਨਾਲ ਕੀ ਹੈ ਕਿ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ ਅਤੇ ਤੁਸੀਂ ਖਾਣਾ ਵੀ ਘੱਟ ਖਾਓਗੇ ਅਤੇ ਤੁਹਾਡਾ ਬੋਡੀ ਵੇਟ ਵੀ ਘਟੇਗਾ, ਕਿਉਂਕਿ ਤੁਸੀਂ ਪਾਣੀ ਨਾਲ ਰੱਜ ਜਾਓਗੇ। ਸੋ ਇਸ ਕਰਕੇ ਦਿਨ ਦੇ ਵਿੱਚ ਆਦਤ ਪਾਓ, ਤੁਸੀਂ 4 ਤੋਂ 5 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ, ਜੋ ਮਰਜ਼ੀ ਹੋ ਜਾਵੇ, ਪਾਣੀ ਪੀਣ ਦੀ ਕਪੈਸਿਟੀ ਆਪਣੀ ਵਧਾਓ, ਠੀਕ ਹੈ। ਜਿੰਨਾ ਤੁਸੀਂ ਪਾਣੀ ਪੀਓਗੇ ਤੁਹਾਡਾ ਉਨਾ ਜ਼ਿਆਦਾ ਬੋਡੀ ਵੇਟ ਘਟੇਗਾ। ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਕਹਿੰਦੇ ਵੀਰ ਜੀ ਅਸੀਂ ਪਾਣੀ ਪੀਂਦੇ ਸਾਡਾ ਭਾਰ ਵਧੀ ਜਾਂਦਾ ਵਾ, ਇਹ ਤੁਹਾਡੀ ਗਲਤ ਫਹਿਮੀ ਆ, ਪਾਣੀ ਕਦੇ ਵੀ ਭਾਰ ਨਹੀਂ ਵਧਾਉਂਦਾ, ਪਾਣੀ ਦੇ ਵਿੱਚ 0 ਕੈਲਰੀਜ਼ ਹੁੰਦੀਆਂ ਨੇ, 0 ਕੈਲਰੀਜ਼, ਤੁਹਾਡਾ ਭਾਰ ਤਾਂ ਵਧੇਗਾ ਜੇ ਤੁਸੀਂ ਕੈਲਰੀਜ਼ ਜ਼ਿਆਦਾ ਖਾਓਗੇ, ਪਾਣੀ ਦੇ ਵਿੱਚ ਤਾਂ ਕੋਈ ਕੈਲਰੀਜ਼ ਨਹੀਂ ਹੁੰਦੀ, 0 ਕੈਲਰੀਜ਼ ਹੁੰਦੀ, ਉਹਨੂੰ ਜਿੰਨਾ ਮਰਜ਼ੀ ਪੀ ਲਓ, 5 ਲੀਟਰ ਪੀ ਲਓ, ਤੁਹਾਡਾ ਭਾਰ ਤਾਂ ਵੀ ਨਹੀਂ ਵਧੇਗਾ, ਉਹ ਤਾਂ ਬਾਥਰੂਮ ਨਾਲ ਹੀ ਨਿਕਲ ਜਾਣਾ, ਜਿੰਨਾ ਤੁਸੀਂ ਪਾਣੀ ਪੀਓਗੇ ਤੁਹਾਡੇ ਬੋਡੀ ਅੰਦਰੋਂ ਸਾਫ਼ ਹੋਈ ਜਾਣੀ ਅਤੇ ਬਾਥਰੂਮ ਨਾਲ ਹੀ ਨਿਕਲ ਹੀ ਜਾਣਾ। ਸੋ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਵੀ ਤੁਹਾਡਾ ਪਾਣੀ ਪੀਣ ਨਾਲ ਭਾਰ ਵਧੇਗਾ। ਨੰਬਰ 5 ਦੀ ਗੱਲ ਕਰਦੇ ਹਾਂ, ਰੋਜ਼ ਤੁਸੀਂ ਡੇਲੀ ਐਕਸਰਸਾਈਜ਼ ਕਰੋ, ਡੇਲੀ ਐਕਸਰਸਾਈਜ਼ ਕਰੋ, ਤੁਸੀਂ ਕਿੰਨੀ ਦੇਰ, 45 ਮਿੰਟ ਤੋਂ ਲੈ ਕੇ 1 ਘੰਟਾ, ਰੋਜ਼ 45 ਮਿੰਟ ਤੋਂ ਲੈ ਕੇ 1 ਘੰਟਾ ਤੁਸੀਂ ਡੇਲੀ ਐਕਸਰਸਾਈਜ਼ ਕਰਨੀ ਹੀ ਕਰਨੀ ਆ, ਵਰਕਆਊਟ ਕਰਨਾ ਹੀ ਕਰਨਾ ਵਾ। ਦੇਖੋ ਸਾਰੇ ਬੰਦਿਆਂ ਕੋਲੋਂ, ਤੁਹਾਡੇ ਕੋਲੋਂ, ਮੇਰੇ ਕੋਲ, ਹੋਰ ਕਿਸੇ ਕੋਲ, ਸਾਰੇ ਕੋਲ 24 ਘੰਟੇ ਆ ਨਾ, 25 ਘੰਟੇ ਤੁਹਾਡੇ ਕੋਲ ਵੀ ਨਹੀਂ ਹੈਗੇ, 25 ਘੰਟੇ ਮੇਰੇ ਕੋਲ ਵੀ ਨਹੀਂ ਹੈਗੇ, 25 ਘੰਟੇ ਕਿਸੇ ਕੋਲ ਵੀ ਨਹੀਂ ਹੈਗੇ, ਨਾ ਕਿਸੇ ਕੋਲ 20 ਘੰਟੇ ਹੈਗੇ। ਕੁਦਰਤ ਨੇ ਸਾਰੇ ਬੰਦਿਆਂ ਨੂੰ, ਸਾਰੇ ਇਨਸਾਨ ਨੂੰ, ਸਾਰੇ ਲੋਕਾਂ ਨੂੰ ਇੱਕ ਬਰਾਬਰ ਰੱਖਿਆ ਵਾ, ਉਹਨੇ ਸਾਰੀ ਚੀਜ਼ ਸਾਰਿਆਂ ਨੂੰ ਬਰਾਬਰ ਦਿੱਤੀ ਆ, ਉਹਨਾਂ ਨੇ ਸਮਾਂ ਵੀ ਸਾਰਿਆਂ ਨੂੰ ਦਿੱਤਾ ਵਾ ਇੱਕੋ ਜਿਹਾ,
ਉਹਨਾਂ ਨੇ ਧੁੱਪ ਸਾਰਿਆਂ ਨੂੰ ਦਿੱਤੀ ਆ, ਛਾਂ ਵੀ ਸਾਰਿਆਂ ਨੂੰ ਦਿੱਤੀ ਆ, ਸਾਰਾ ਕੁਛ ਉਹਨੇ ਸਾਰਿਆਂ ਨੂੰ ਇਕੱਠਾ ਦਿੱਤਾ ਵਾ, ਹਨਾ, ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਹੈਗਾ। ਸੋ ਇਸ ਕਰਕੇ ਸਮਾਂ ਸਾਰਿਆਂ ਕੋਲ ਬਰਾਬਰ ਦਾ ਵਾ, ਤੁਸੀਂ ਆਪਣੇ ਵਾਸਤੇ 24 ਘੰਟੇ ਦੇ ਵਿੱਚ ਤੁਸੀਂ 1 ਘੰਟਾ ਆਪਣੇ ਲਈ ਕੱਢਣਾ ਵਾ। ਜੇ ਯਾਰ ਤੁਸੀਂ ਆਪਣੇ ਫਿਟਨੈਸ ਵਾਸਤੇ, ਆਪਣੀ ਸਿਹਤ ਵਾਸਤੇ ਤੁਸੀਂ ਡੇਲੀ 1 ਘੰਟਾ ਨਹੀਂ ਨਾ ਕੱਢ ਸਕਦੇ, ਤਾਂ ਫਿਰ ਤੁਹਾਡਾ ਫਾਇਦਾ ਕੀ ਆ? ਫਿਰ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ। ਸੋ ਇਸ ਕਰਕੇ ਆਪਣੇ ਨੂੰ, ਆਪ ਨੂੰ ਜਿਉਣ ਲਈ, ਹਨਾ, ਇਹ ਆਪਣੇ ਲਈ 24 ਘੰਟੇ ਦੇ ਵਿੱਚੋਂ 1 ਘੰਟਾ ਜ਼ਰੂਰ ਕੱਢੋ। ਸਵੇਰੇ ਉੱਠਣ ਸਾਰ 45 ਮਿੰਟ ਤੋਂ ਲੈ ਕੇ ਅਤੇ 1 ਘੰਟੇ ਦੇ ਵਿੱਚ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ 1 ਘੰਟੇ ਤੱਕ, ਠੀਕ ਹੈ ਜੀ। ਕੀ ਵਰਕਆਊਟ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਉਹਦੇ 'ਤੇ ਮੈਂ ਆਲਰੇਡੀ ਵੀਡੀਓ ਬਣਾ ਬਣਾ ਕੇ ਤੁਹਾਡੇ ਵਾਸਤੇ ਪਾਈ ਹੋਈ ਆ। ਤੁਸੀਂ ਆਹ ਵਰਕਆਊਟ ਕਰੋ, ਤੁਹਾਡਾ ਢਿੱਡ ਘੱਟ ਜਾਏਗਾ, ਥਾਈ ਘੱਟ ਜਾਣਗੇ, ਤੁਹਾਡੇ ਬਾਹਾਂ ਦੀ ਫੈਟ ਘੱਟ ਜਾਏਗੀ। ਮੈਂ ਪੂਰੀ ਬੋਡੀ ਦਾ ਵਰਕਆਊਟ ਵੀ ਪਾਇਆ ਹੋਇਆ ਵਾ, ਤੁਸੀਂ ਇਹ ਡੇਲੀ ਵਰਕਆਊਟ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਜਾਂ ਫਿਰ ਤੁਸੀਂ 1 ਦਿਨ ਦੇ ਵਿੱਚ 9000 ਸਟੈਪ ਤੁਰੋ। ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ, 1 ਦਿਨ ਦੇ ਵਿੱਚ ਜੇ ਤੁਸੀਂ ਵਰਕਆਊਟ ਨਹੀਂ ਕਰਨਾ ਚਾਹੁੰਦੇ, ਤਾਂ ਘੱਟੋ ਘੱਟ 9000 ਤੁਸੀਂ ਸਟੈਪ 1 ਦਿਨ ਦੇ ਵਿੱਚ ਕਵਰ ਕਰੋ। 12 ਘੰਟੇ ਆ ਤੁਹਾਡੇ ਕੋਲ, ਚਾਹੇ 13 ਘੰਟੇ, ਚਾਹੇ 24 ਘੰਟੇ ਆ, ਤੁਸੀਂ ਇਹ ਸੋਚੋ ਵੀ ਯਾਰ ਮੈਂ 9000 ਸਟੈਪ ਮੈਂ ਕੰਪਲੀਟ ਕਰਨੇ ਹੀ ਕਰਨੇ ਆ, ਤਾਂ ਤੁਹਾਡਾ ਬੋਡੀ ਵੇਟ ਘਟੇਗਾ, ਠੀਕ ਹੈ ਜੀ। ਜਾਂ 1 ਘੰਟਾ ਐਕਸਰਸਾਈਜ਼ ਕਰ ਲਓ, ਜਾਂ ਫਿਰ ਤੁਸੀਂ 9000 ਤੁਸੀਂ ਸਟੈਪ ਆ ਜਿਹੜੇ ਉਹ ਤੁਸੀਂ ਕੰਪਲੀਟ ਕਰਨੇ ਹੀ ਕਰਨੇ ਆ ਜੀ। ਨੰਬਰ 6 ਹੈਗਾ ਜੀ, ਤੁਸੀਂ ਜਦੋਂ ਵੀ ਕੋਈ ਵੀ ਸਮਾਨ ਲੈਣ ਜਾਣਾ ਵਾ ਨਾ, ਮੰਨ ਕੇ ਚਲੋ ਤੁਸੀਂ ਬਾਜ਼ਾਰ ਦੇ ਵਿੱਚ ਜਾਣਾ ਜਾਂ ਕਿਸੇ ਯਾਰ ਦੋਸਤ ਨੂੰ ਮਿਲਣ ਜਾਣਾ, ਤਾਂ ਤੁਸੀਂ ਕੋਸ਼ਿਸ਼ ਇਹ ਕਰਨੀ ਆ ਵੀ ਯਾਰ ਮੈਂ ਡੇਲੀ ਮੈਂ ਪੈਦਲ ਜਾਊਂਗਾ, ਮੈਂ ਕਦੇ ਵੀ ਮਤਲਬ ਵੀ ਮੋਟਰਸਾਈਕਲ 'ਤੇ, ਗੱਡੀ 'ਤੇ ਜਾਂ ਕਿਸੇ ਚੀਜ਼ 'ਤੇ ਨਹੀਂ ਜਾਊਂਗਾ, ਮੈਂ ਜਾਊਂਗਾ ਤਾਂ ਪੈਦਲ ਹੀ ਜਾਊਂਗਾ। ਮੰਨ ਕੇ ਚੱਲੋ ਤੁਹਾਡੇ ਘਰ ਤੋਂ 1/2 ਕਿਲੋਮੀਟਰ ਜਾਂ 1 ਕਿਲੋਮੀਟਰ ਦੂਰ ਕੋਈ ਦੁਕਾਨ ਆ ਜਿੱਥੋਂ ਤੁਸੀਂ ਸਮਾਨ ਲੈਣ ਜਾਣਾ ਵਾ, ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਯਾਰ ਮੈਂ ਉਹਦੇ 'ਤੇ ਤੁਰ ਕੇ ਹੀ ਜਾਊਂਗਾ, ਮੈਂ ਕਿਸੇ ਚੀਜ਼ 'ਤੇ ਨਹੀਂ ਜਾਊਂਗਾ। ਜਾਂ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰੋ, ਜਿੱਥੇ ਪੌੜੀਆਂ ਨੇ ਨਾ ਲਿਫਟ ਲੱਗੀ ਆ, ਲਿਫਟ 'ਤੇ ਜਾਣ ਦੀ ਕੋਸ਼ਿਸ਼ ਕਰੋ ਵੀ ਮੈਂ ਛੇਤੀ ਪਹੁੰਚੂਗਾ, ਪੌੜੀਆਂ 'ਤੇ ਜਾਣ ਦੀ ਕੋਸ਼ਿਸ਼ ਕਰੋ ਵੀ ਮੈਂ ਪੌੜੀਆਂ 'ਤੇ ਜਾਵਾਂ, ਪੌੜੀਆਂ 'ਤੇ ਉਤਰਾਂ, ਉਹ ਵੀ ਤੁਹਾਡੇ ਲਈ ਬੈਨੀਫਿਟ ਹੈ ਨਾ। ਅਤੇ ਜਦੋਂ ਵੀ ਤੁਸੀਂ ਕਿਤੇ ਸਮਾਨ ਲੈਣ ਜਾਣਾ ਵਾ, ਤਾਂ ਤੁਸੀਂ ਪੈਦਲ ਹੀ ਜਾਣਾ ਵਾ, ਮੋਟਰਸਾਈਕਲ ਦਾ ਇਸਤੇਮਾਲ ਨਹੀਂ ਕਰਨਾ, ਗੱਡੀ ਦਾ ਇਸਤੇਮਾਲ ਨਹੀਂ ਕਰਨਾ, ਯਾਰ ਦੋਸਤ ਨੂੰ ਮਿਲਣ ਜਾਣਾ 1/2 ਕਿਲੋਮੀਟਰ, 1 ਕਿਲੋਮੀਟਰ, 2 ਕਿਲੋਮੀਟਰ ਤੱਕ ਕੋਸ਼ਿਸ਼ ਕਰੋ ਵੀ ਯਾਰ ਮੈਂ ਤੁਰ ਕੇ ਜਾਵਾਂ, ਠੀਕ ਹੈ ਜੀ। ਨੰਬਰ 7 ਤੇ ਹੈਗਾ ਵਾ, ਜਿਹੜੇ ਤੁਸੀਂ ਕੋਲਡ ਡਰਿੰਕ ਵਗੈਰਾ ਪੀਂਦੇ ਹੋ ਹਨਾ, ਕੋਲਡ ਡਰਿੰਕ ਹੋ ਗਈ ਜਾਂ ਡੱਬੇ ਵਾਲੇ ਜੂਸ ਹੋ ਗਏ, ਉਹ ਬਿਲਕੁਲ ਨਹੀਂ ਪੀਣੇ ਹੈਗੇ। ਦੇਖੋ ਕੋਲਡ ਡਰਿੰਕਾਂ ਦੇ ਵਿੱਚ, ਦੇਖੋ 1 ਕੋਲਡ ਡਰਿੰਕ ਦੇ ਵਿੱਚ 2 ਤੋਂ ਲੈ ਕੇ 3 ਚਮਚ ਸ਼ੂਗਰ ਪੈਂਦੀ ਆ, ਠੀਕ ਹੈ ਜੀ। 2 ਤੋਂ ਲੈ ਕੇ 3 ਚਮਚ ਸ਼ੂਗਰ ਪੈਂਦੀ ਆ, ਅਤੇ ਉਹਦੇ ਵਿੱਚ ਜਿਹੜਾ ਆਰਟੀਫਿਸ਼ੀਅਲ ਕਲਰ ਪੈਂਦਾ ਵਾ, ਗੈਸ ਪੈਂਦੀ ਆ, ਲਟਰ ਪਟਰ ਬੜਾ ਕੁਛ ਪੈਂਦਾ ਵਾ, ਉਹ ਤੁਹਾਡੀ ਸਿਹਤ ਲਈ ਹਾਨੀਕਾਰਕ ਆ, ਤੁਹਾਡਾ ਬੋਡੀ ਵੇਟ ਆ ਜਿਹੜਾ ਉਹਦੇ ਨਾਲ ਵਧੇਗਾ ਹੀ ਵਧੇਗਾ। ਉਹ ਬੋਡੀ ਵੇਟ ਵਧਿਆ ਹੋਇਆ ਤੁਹਾਡਾ ਬੋਡੀ ਵੇਟ ਫਿਰ ਘਟਣਾ ਵੀ ਨਹੀਂ ਹੈਗਾ। ਸੋ ਇਸ ਕਰਕੇ ਨਾ ਤਾਂ ਤੁਸੀਂ ਮਤਲਬ ਕੋਲਡ ਡਰਿੰਕ ਵਗੈਰਾ ਪੀਣੀ ਹੈਗੀ, ਅਤੇ ਨਾ ਤੁਸੀਂ ਡੱਬੇ ਵਾਲਾ ਕੋਈ ਵੀ ਜੂਸ ਪੀਣਾ ਹੈਗਾ, ਕਿਉਂਕਿ ਇਹਨਾਂ ਦੇ ਵਿੱਚ ਕੈਮੀਕਲ ਪਾਇਆ ਹੁੰਦਾ, ਇਹਦੇ ਵਿੱਚ ਸ਼ੂਗਰ ਪਾਈ ਹੁੰਦੀ ਆ, ਅਤੇ ਆਰਟੀਫਿਸ਼ੀਅਲ ਕਲਰ ਵੀ ਪਾਇਆ ਹੁੰਦਾ ਜੀ। ਹੁਣ ਨੰਬਰ 8 ਤੇ ਆਪਾਂ ਗੱਲ ਕਰਦੇ ਹਾਂ, ਤੁਸੀਂ ਆਪਣੇ ਪੂਰੇ ਦਿਨ ਦੇ ਵਿੱਚ ਹੈ ਨਾ 24 ਘੰਟੇ ਦੇ ਵਿੱਚ ਤੁਸੀਂ 7 ਤੋਂ 8 ਘੰਟੇ ਤੁਸੀਂ ਨੀਂਦ ਪੂਰੀ ਕਰਨੀ ਹੀ ਕਰਨੀ ਆ। ਤੁਸੀਂ ਦੇਖੋ ਦਿਨ ਦੇ ਵਿੱਚ ਤੁਸੀਂ ਵਰਕਆਊਟ ਕਰ ਲਓ ਜਾਂ ਤੁਸੀਂ ਡਾਈਟਿੰਗ ਕਰ ਲਓ, ਠੀਕ ਹੈ ਜੀ। ਜਦੋਂ ਤੱਕ ਤੁਸੀਂ 7-8 ਘੰਟੇ ਤੁਸੀਂ ਆਪਣੀ ਨੀਂਦ ਪੂਰੀ ਨਹੀਂ ਕਰੋਗੇ ਨਾ, ਉਦੋਂ ਤੱਕ ਤੁਹਾਡਾ ਜਿਹੜਾ ਬੋਡੀ ਵੇਟ ਆ, ਤੁਹਾਡਾ ਭਾਰ ਆ, ਉਹ ਨਹੀਂ ਘਟੇਗਾ, ਕਿਉਂਕਿ ਭਾਰ ਘਟਾਉਣ ਲਈ ਤੁਹਾਨੂੰ ਸੋਣਾ ਪੈਣਾ ਹੀ ਪੈਣਾ ਵਾ। ਇਹ ਨਾ ਹੋਵੇ ਤੁਸੀਂ 2 ਘੰਟੇ ਸੁੱਤੇ, ਤੁਸੀਂ ਕਹੋ ਵੀ ਜਾਂ ਸਾਡੀ ਨੀਂਦ ਪੂਰੀ ਹੋਈ, ਨਹੀਂ। ਘੱਟੋ ਘੱਟ ਤੁਸੀਂ 7 ਤੋਂ 8 ਘੰਟੇ ਤੁਸੀਂ ਨੀਂਦ ਪੂਰੀ ਕਰਨੀ ਆ, ਕਿਉਂਕਿ ਨੀਂਦ ਜਦੋਂ ਤੁਸੀਂ ਪੂਰੀ ਕਰੋਗੇ ਨਾ, ਨੀਂਦ ਦੇ ਨਾਲ ਕੀ, ਇੱਕ ਤਾਂ ਤੁਸੀਂ ਆਪਣੇ ਆਪ ਨੂੰ ਰਿਲੈਕਸ ਤੁਸੀਂ ਫੀਲ ਕਰੋਗੇ, ਅਤੇ ਜਿਹੜਾ ਤੁਹਾਡਾ ਬੋਡੀ ਵੇਟ ਘਟਣਾ ਵਾ, ਭਾਰ ਤੁਹਾਡਾ ਘਟਣਾ ਵਾ, ਉਹ ਸੌਣ ਦੇ ਨਾਲ ਹੀ ਘਟਣਾ ਵਾ। ਜਦੋਂ ਤੱਕ ਤੁਸੀਂ ਨਹੀਂ ਸੌਂਗੇ, ਤੁਹਾਡਾ ਬੋਡੀ ਵੇਟ ਆ ਜਿਹੜਾ ਨਹੀਂ ਘਟੇਗਾ, ਤੁਹਾਡਾ ਭਾਰ ਨਹੀਂ ਘਟੇਗਾ। ਸੋ ਇਸ ਕਰਕੇ ਭਾਰ ਘਟਾਉਣ ਲਈ ਸੌਣਾ ਬਹੁਤ ਜ਼ਰੂਰੀ ਆ, ਨੀਂਦ ਪੂਰੀ ਹੋਣੀ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਨੀਂਦ ਪੂਰੀ ਕਰੋਗੇ, ਤੁਹਾਡਾ ਭਾਰ ਵੀ ਘਟੇਗਾ, ਤੁਸੀਂ ਮੈਂਟਲੀ ਵੀ ਤੁਸੀਂ ਪ੍ਰਿਪੇਅਰ ਹੋ ਜਾਓਗੇ, ਮੈਂਟਲੀ ਵੀ ਤੁਸੀਂ ਸਟਰੋਂਗ ਹੋ ਜਾਓਗੇ,
ਤੇ ਤੁਸੀਂ ਹੈਲਦੀ ਵੀ ਤੁਸੀਂ ਸਟਰੋਂਗ ਹੋ ਜਾਓਗੇ। ਸੋ ਇਸ ਕਰਕੇ ਦਿਨ ਦੇ ਵਿੱਚ ਘੱਟੋ ਘੱਟ 7 ਤੋਂ ਲੈ ਕੇ 8 ਘੰਟੇ ਤੁਸੀਂ ਸੋਣਾ ਹੀ ਸੋਣਾ ਵਾ ਜੀ, ਠੀਕ ਹੈ। ਨੰਬਰ 2 ਤੇ ਆਪਾਂ ਗੱਲ ਕਰਦੇ ਹਾਂ ਜਿਹੜੇ ਫਾਸਟ ਫੂਡ ਨੇ ਜਿਵੇਂ ਬਰਗਰ, ਪੀਜ਼ਾ, ਨਿਊਡਲ, ਪਾਸਤਾ, ਇਹ ਚੀਜ਼ਾਂ ਬਿਲਕੁਲ ਵੀ ਨਹੀਂ ਤੁਸੀਂ ਖਾਣੀਆਂ ਹੈਗੀਆਂ, ਇਹਨਾਂ ਨੂੰ ਬਿਲਕੁਲ ਖਾਣਾ ਬੰਦ ਕਰ ਦਿਓ। ਕਿਉਂਕਿ ਦੇਖੋ ਇੱਕ ਤਾਂ ਇਹਦੇ ਵਿੱਚ ਨਮਕ ਪਤਾ ਨਹੀਂ ਗੰਦਾ ਮੰਦਾ ਜਿਹਾ ਪਾਇਆ ਹੁੰਦਾ ਵਾ, ਠੀਕ ਹੈ ਜੀ, ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ, ਅਤੇ ਗੰਦਾ ਇਹਦੇ ਵਿੱਚ ਤੇਲ ਪਾਇਆ ਹੁੰਦਾ, ਫਰਾਈ ਕੀਤਾ ਹੁੰਦਾ, ਇਹਦੇ ਵਿੱਚ ਦੇਖੋ ਕਾਰਬੋਹਾਈਡਰੇਟ ਵੀ ਬਹੁਤ ਜ਼ਿਆਦਾ ਹੁੰਦੇ ਨੇ ਇਹਦੇ ਵਿੱਚ, ਅਤੇ ਇਹਦੇ ਵਿੱਚ ਸੋਡੀਅਮ ਵੀ ਬਹੁਤ ਜ਼ਿਆਦਾ ਹੁੰਦਾ ਵਾ ਇਹਦੇ ਵਿੱਚ, ਅਤੇ ਇਹਦੇ ਵਿੱਚ ਫੈਟ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਹੁੰਦੀ ਆ। ਜਦੋਂ ਤੁਸੀਂ ਇਹ ਚੀਜ਼ਾਂ ਖਾ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਬੋਡੀ ਵੇਟ ਆ ਬਹੁਤ ਤੇਜ਼ੀ ਨਾਲ ਅੱਗੇ ਵੱਧਦਾ ਜਾਂਦਾ ਵਾ, ਉਹ ਬੋਡੀ ਵੇਟ ਫਿਰ ਘੱਟਦਾ ਨਹੀਂ ਹੈਗਾ, ਬਹੁਤ ਔਖਾ ਸਰੀਰ ਦੇ ਵਿੱਚੋਂ ਫੈਟ ਕੱਢਣੀ ਔਖੀ ਹੋਊ ਤਾਂ ਉਹ। ਸੋ ਇਸ ਕਰਕੇ ਕਦੇ ਵੀ ਜੰਕ ਫੂਡ ਵੱਲ ਨਾ ਜਾਓ, ਜੇ ਜੰਕ ਫੂਡ ਖਾਣੇ ਵੀ ਆ ਤਾਂ 10-15 ਦਿਨਾਂ ਬਾਅਦ ਤੁਸੀਂ ਇੱਕ ਵਾਰ ਖਾ ਲਓ, ਕੋਈ ਦਿੱਕਤ ਨਹੀਂ ਹੈਗੀ, ਸਿਰਫ ਇੱਕ ਦਿਨ ਰੱਖੋ ਯਾਰ। ਜੇ ਮੰਨ ਕੇ ਚੱਲੋ ਤੁਸੀਂ 1 ਤਰੀਕ ਤੋਂ ਆਪਣੀ ਫਾਸਟਿੰਗ ਸ਼ੁਰੂ ਕੀਤੀ ਆ ਤਾਂ ਮੰਨ ਕੇ ਚੱਲੋ ਯਾਰ ਤੁਸੀਂ 15ਵੇਂ ਦਿਨ ਬਾਅਦ ਜੋ ਤੁਹਾਡਾ ਦਿਲ ਕਰਦਾ ਫਾਸਟ ਫੂਡ ਖਾਣ ਨੂੰ ਉਹ ਤੁਸੀਂ ਖਾ ਲਓ, 1 ਦਿਨ ਨਾਲ ਫਰਕ ਨਹੀਂ ਪੈਂਦਾ ਹੈਗਾ। ਜੇ ਤੁਸੀਂ ਰੋਜ਼ ਖਾਂਦੇ ਹੋ, ਡੇਲੀ ਖਾਂਦੇ ਹੋ, ਫਿਰ ਫਰਕ ਪੈਣਾ ਹੀ ਪੈਣਾ ਵਾ, ਠੀਕ ਆ, ਫਿਰ ਤੁਹਾਡਾ ਬੋਡੀ ਵੇਟ ਨਹੀਂ ਘਟਣਾ ਹੈਗਾ, ਤੁਹਾਡਾ ਬੋਡੀ ਵੇਟ ਵਧੇਗਾ ਹੀ ਵਧੇਗਾ ਜੀ। ਹੁਣ ਨੰਬਰ 10 ਤੇ ਆਪਾਂ ਗੱਲ ਕਰਦੇ ਹਾਂ, ਵੱਧ ਤੋਂ ਵੱਧ ਵੈਜੀਟੇਬਲ ਖਾਓ। ਸਾਡੇ ਜਿਹੜੇ ਲੋਕ ਨੇ ਨਾ 80 ਤੋਂ ਲੈ ਕੇ 85% ਲੋਕ ਇਹੋ ਜਿਹੇ ਨੇ ਜਿਹੜੇ ਆਪਣੀ ਡਾਇਟ ਦੇ ਵਿੱਚ ਵੈਜੀਟੇਬਲ ਐਡ ਹੀ ਨਹੀਂ ਕਰਦੇ ਹੈਗੇ, ਗ੍ਰੀਨ ਵੈਜੀਟੇਬਲ ਐਡ ਨਹੀਂ ਕਰਦੇ ਹੈਗੇ, ਸਲਾਦ ਐਡ ਨਹੀਂ ਕਰਦੇ ਹੈਗੇ। ਜਦੋਂ ਤੱਕ ਤੁਸੀਂ ਗ੍ਰੀਨ ਵੈਜੀਟੇਬਲ ਨਹੀਂ ਖਾਓਗੇ, ਹੈ ਨਾ, ਸਲਾਦ ਨਹੀਂ ਖਾਓਗੇ, ਉਦੋਂ ਤੱਕ ਤੁਸੀਂ ਪਤਲੇ ਹੋ ਹੀ ਨਹੀਂ ਸਕਦੇ ਹੈਗੇ, ਤੁਹਾਡਾ ਭਾਰ ਨਹੀਂ ਘਟੇਗਾ, ਤੁਸੀਂ ਆਪਣੇ ਆਪ ਨੂੰ ਹੈਲਦੀ ਨਹੀਂ ਮਹਿਸੂਸ ਕਰੋਗੇ, ਅਨਹੈਲਦੀ ਮਹਿਸੂਸ ਕਰੋਗੇ ਤੁਸੀਂ, ਅਤੇ ਤੁਹਾਡੀ ਜਿਹੜੀ ਉਮਰ ਆ ਉਹ ਵੀ ਬਹੁਤ ਘੱਟ ਜਾਏਗੀ। ਸੋ ਇਸ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਸਲਾਦ ਖਾਣ ਦੀ, ਕੋਸ਼ਿਸ਼ ਕਰੋ ਹਰ ਇੱਕ ਮੀਲ ਦੇ ਵਿੱਚ ਸਲਾਦ ਐਡ ਕਰੋ, ਅਤੇ ਤੁਸੀਂ ਵੈਜੀਟੇਬਲ ਜਿਹੜੇ ਗ੍ਰੀਨ ਵੈਜੀਟੇਬਲ ਨੇ ਉਹਨਾਂ ਨੂੰ ਖਾਣ ਦੀ ਆਦਤ ਪਾਓ ਆਪਣੇ ਆਪ ਨੂੰ। ਜਦੋਂ ਤੁਸੀਂ ਗ੍ਰੀਨ ਵੈਜੀਟੇਬਲ ਤੁਸੀਂ ਖਾਣੇ ਸ਼ੁਰੂ ਕਰਤੇ, ਤੁਹਾਡਾ ਜਿਹੜਾ ਭਾਰ ਆ ਜਿਵੇਂ ਨਾ ਬਰੋਕਲੀ ਹੋ ਗਈ, ਗ੍ਰੀਨ ਬੀਨਸ ਹੋ ਗਏ, ਬਰੋਕਲੀ ਹੋ ਗਈ, ਬੰਦ ਗੋਭੀ ਹੋ ਗਈ, ਇਹੋ ਜਿਹੀ ਚੀਜ਼ਾਂ ਨੂੰ ਖਾਣਾ ਸ਼ੁਰੂ ਕਰੋ। ਜਦੋਂ ਤੁਸੀਂ ਇਹ ਚੀਜ਼ਾਂ ਨੂੰ ਖਾਓਗੇ ਤੁਹਾਡਾ ਬੋਡੀ ਵੇਟ ਵੀ ਤੁਹਾਡਾ ਘਟੇਗਾ, ਹੈ ਨਾ, ਬੋਡੀ ਵੇਟ ਤਾਂ ਤੁਹਾਡਾ ਘਟੇਗਾ ਘਟੇਗਾ, ਅਤੇ ਤੁਸੀਂ ਬਿਮਾਰੀਆਂ ਤੋਂ ਵੀ ਬਹੁਤ ਦੂਰ ਹੋ ਜਾਓਗੇ। ਇਹ ਜਿਹੜੇ 10 ਟਿਪਸ ਸੀਗੇ, ਜੇ ਤੁਸੀਂ ਇਹ 10 ਟਿਪਸ ਤੁਸੀਂ ਮੰਨ ਕੇ ਚੱਲੋਗੇ ਨਾ ਤੁਸੀਂ, ਤਾਂ ਮੈਂ ਕਹਿੰਦਾ ਦੁਨੀਆਂ ਦੀ ਕੋਈ ਐਸੀ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਪਤਲੇ ਹੋਣ ਤੋਂ ਰੋਕ ਸਕੇ। ਸੋ ਇਹ 10 ਟਿਪਸ ਨੇ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਰੱਖ ਲਓ, ਅਪਣਾ ਲਓ ਇਹਨਾਂ ਨੂੰ, ਹੈ ਨਾ, ਆਪਣੇ ਪੱਲੇ ਬੰਨ ਲਓ, ਦਿਮਾਗ ਦੇ ਵਿੱਚ ਬਿਠਾ ਲਓ, ਜਰ ਮੈਂ ਇਹ ਚੀਜ਼ਾਂ 'ਤੇ ਫੋਲੋ ਕਰਨਾ ਹੀ ਕਰਨਾ ਵਾਂ, ਜੇ ਜ਼ਿੰਦਗੀ ਵਧੀਆ ਜੀਉਣੀ ਆ ਨਾ, ਵਧੀਆ ਤਰੀਕੇ ਨਾਲ ਜੀਉਣੀ ਆ, ਤਾਂ ਇਸ ਕਰਕੇ ਇਹ 10 ਟਿਪਸ ਨੇ ਜਿਹੜੇ ਮੈਂ ਤੁਹਾਨੂੰ ਦੱਸਣੇ, ਇਹਨਾਂ ਨੂੰ ਫੋਲੋ ਕਰੋ। ਜਦੋਂ ਤੁਸੀਂ ਇਹ 10 ਟਿਪਸਾਂ ਨੂੰ ਫੋਲੋ ਕਰ ਲਓਗੇ ਤਾਂ ਤੁਸੀਂ ਠੀਕ 30 ਦਿਨ ਬਾਅਦ ਦੇਖਣਾ ਤੁਸੀਂ ਆਪਣੇ ਆਪ ਨੂੰ ਵੀ ਕਿੰਨਾ ਫਿੱਟ ਮਹਿਸੂਸ ਕਰੋਗੇ, ਤੁਹਾਡਾ ਭਾਰ ਵੀ 5-7 ਕਿਲੋ ਘੱਟ ਜਾਣਾ, ਠੀਕ ਹੈ ਜੀ, ਅਤੇ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਲਦੀ ਅਤੇ ਫਿੱਟ ਮਹਿਸੂਸ ਕਰਨਾ ਸ਼ੁਰੂ ਕਰ ਦੋਗੇ ਜੀ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ। ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ, ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ, ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਵੀ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਸੋ ਦੋਸਤੋ, ਮਿਲਦੇ ਕੱਲ੍ਹ ਨੂੰ ਇੱਕ ਨਵੀਂ ਅਤੇ ਵਧੀਆ ਵੀਡੀਓ ਦੇ ਨਾਲ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।